ਅੱਜ ਕਿਤਾ ਸਾਰੇ ਸਾਰੇ ਪਾਸੇ ਵੀਡੀਓ ਪਚਾਇਓ ਜੀ ਸਾਰਿਆਂ ਦਿਖਾ ਦਿਓ ਵਧਾਈਆਂ 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 Jio 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 ਮਹਿੰਗਾ ਹੋ ਰਿਹਾ ਮਿੱਤਰੋ Airtel ਤੇ Vodafone ਵੀ ਮਹਿੰਗੇ ਹੋ ਲਾ ਹੋ ਗਾਇਆ ਭਾਰਤ ਚ ਰਹਿਣ ਵਾਲੇ ਨੈਟ ਚਲਾਉਣ ਵਾਲੇ ਲੋਕਾਂ ਲਈ ਖੁਸ਼ੀ ਵਾਲੀ ਗੱਲ ਆ ਪਹਿਲੀ ਤਰੀਕ ਤੋਂ 2-3 ਦਿਨ ਪਿੱਛੋਂ Jio ਮਹਿੰਗਾ ਹੋ ਰਿਹਾ ਆ 15 ਬਿਲੀਅਨ ਡਾਲਰ ਦੀ ਡੀਲ ਵੀ ਗਈ ਆ ਨਾ ਸਾਊਦੀ ਅਰਬੀਆ ਵਾਲਿਆਂ ਨਾਲ Jio ਵਾਲਿਆਂ ਦੀ Reliance ਦੀ ਸੋ ਘਾਟੇ ਵਾਦੇ ਤਾਂ ਆਮ ਲੋਕਾਂ ਤੋਂ ਹੀ ਪੂਰੇ ਕਰਨੇ ਆ ਚਲਾ ਲਓ ਜਿਹੜਾ ਨੈਟ ਚਲਾ ਹੁੰਦਾ ਪਹਿਲੀ ਤਰੀਕ ਤੋਂ ਹੋਰ ਆਏ ਨੇ Airtel ਤੇ Vodafone ਤਾਂ ਹੋ ਗਏ ਆ ਜੀ ਤੇ Jio ਦੇ ਰੇਟ ਵੀ ਉੱਤੇ ਨੂੰ ਜਾ ਰਹੇ ਨੇ ਤੇ ਸਾਰਿਆਂ ਤਾਂ ਕਿ ਖੁਸ਼ੀ ਵਾਲੀ ਗੱਲ ਪਹਚਾਯੋ ਤੇ ਬਹੁਤ ਵਧੀਆ ਵਧੀਆ ਗੱਲਾਂ ਐ ਇਸ ਵੀਡੀਓ 'ਚ ਸਾਰੇ ਪਾਸੇ ਸ਼ੇਅਰ ਕਰ ਦਿਓ ਜਲਦੀ ਜਲਦੀ ਗਰੁੱਪਾਂ 'ਚ ਮੈਂ ਵੀ ਕਰ ਦਵਾਂ ਜੀ ਦੂਜੇ ਪੇਜ ਤੇ ਤੇ 1 ਸਕਿੰਟ ਰੁਕਿਓ ਤੇ Airtel Vodafone ਤੇ ਜੀਓ ਥੋੜਾ ਜਿਹਾ ਪੈਸੇ ਅਧਰੋਂ ਉਧਰ ਹੁਣ ਕਰ ਲਿਓ ਜੀ ਜਿਹੜੇ ਨੈਟ ਚਲਾਉਣ ਦੇ ਸ਼ਕੀਨ ਆ ਤੇ ਰੇਟ ਇਨ ਆਉਂਦੇ ਉੱਤੇ ਨੂੰ ਜਾ ਰਹੇ ਪਹਿਲੀ ਤਰੀਕ ਤੋਂ ਅੱਜ 27 ਤਾਂ ਹੋ ਗਈ ਆ ਤੇ ਤੁਹਾਨੂੰ ਹੋਰ ਦਿਖਾਉਣੇ ਆ ਜੀ ਤੇ ਮੈਂ ਵੀ ਸ਼ੇਅਰ ਕਰ ਦਮਾ ਤੇ ਤੁਸੀਂ ਵੀ ਸ਼ੇਅਰ ਕਰ ਤਾਂ ਹੋਰ ਦੁਨੀਆਦਾਰੀ ਚ ਕੀ ਹੋ ਰਿਹਾ ਆ ਸਾਰਾ ਕੁਝ ਦਿਖਾਉਣੇ ਆ ਬਹੁਤ ਗੱਲਾਂ ਉਹ ਕਿੱਥੋਂ ਭਲਾ ਹੋ ਜੂਂ ਇੰਡੀਆ ਦਾ ਕਿੱਥੋਂ ਭਲਾ ਹੋ ਜੂਂ ਇੰਡੀਆ ਦਾ ਸਲਮਾਨ ਖਾਨ ਦੀ ਨਵੀਂ ਫਿਲਮ ਆਈ ਜਾਂ ਤੇ ਮੈਂ ਉਹਨੂੰ ਦੁੱਧ ਨਾਲ ਉਹਦੇ ਪੋਸਟਰ ਧੋਈ ਜਾਂਦੇ ਹੜ ਦੂ ਲਾਂਤ ਇਦਾਂ ਦੇ ਲੋਕਾਂ ਤੋਂ ਸਾਲਿਓ ਇੰਨੇ ਲੋਕ ਉਹਨਾਂ ਸੌਂਦੇ ਆ ਉਹਨਾਂ ਨੂੰ ਖੀਰ ਬਣਾ ਕੇ ਖਿਲਾ ਦਿਓ ਸੇਮਣੀਆਂ ਖਿਲਾ ਦਿਓ ਸਲਮਾਨ ਖਾਨ ਦੇ ਪੋਸਟਰ ਨੇ ਤੁਹਾਨੂੰ ਸ਼ਿੱਕੂ ਦੇਣਾ ਯਾਰ ਕਿੱਥੇ ਭਲਾ ਉਹ ਲੋਕਾਂ ਦਾ 21ਵੀਂ ਸਦੀ ਆ ਜੁਗ ਬਗਿਆਂ ਦਾ ਸਲਮਾਨ ਖਾਨ ਦੀ ਫਿਲਮ ਦਾ ਪੋਸਟਰ ਦੁੱਧ ਨਾਲ ਤੋੜਦੇ ਦੁੱਧ ਨਾਲ ਅੰਨੇ ਭਗਤ ਭੇਡਾਂ ਮੇਰੇ ਮੂੰਹੋਂ ਸੁਣਦੇ ਆ ਯਾਰ ਹਾਦਿਆ ਯਾਰ ਟੂ ਮੱਚ ਆ ਇਹ ਤਾਂ ਪੋਸਟਰ ਨੂੰ ਦੁੱਧ ਨਾਲ ਧੋਈ ਜਾਂਦੇ ਬਾਈ ਜੀ ਚਲੋ ਠੀਕ ਹੈ ਕਿਸੇ ਧਰਮ ਦੇ ਪ੍ਰਤੀ ਸ਼ਰਧਾ ਹੁੰਦੀ ਹੈ ਨਾ ਕੋਈ ਤਸਵੀਰਾਂ ਜਾਂ ਕੁਝ ਵੀ ਧੋਂਦੇ ਉਹ ਤਾਂ ਮੰਨਿਆ ਕਿਸੇ ਫਿਲਮੀ ਐਕਟਰ ਦੇ ਪੋਸਟਰ ਨੂੰ ਦੁੱਧ ਨਾਲ ਧੋਂਦਿਆ ਦੇਖ ਲਓ ਤੁਹਾਡੇ ਸਾਹਮਣੇ ਆ ਕਿੱਥੋਂ ਭਲਾ ਹੋ ਜੂ ਯਾਰ ਇਸ ਇਸ ਦੇਸ਼ ਚ ਲੋਕਾਂ ਦਾ ਕਿੱਥੋਂ ਭਲਾ ਹੋ ਜੂ ਜਿਹੜੇ ਲੋਕਾਂ ਦੀ ਸੋਚ ਹੀ ਇਹ ਹੈ ਕਿ ਕਿਸੇ ਹੀਰੋ ਦਾ ਪੋਸਟਰ ਦੁੱਧ ਨਾਲ ਧੋਣ ਨਾਲ ਪਤਾ ਨਹੀਂ ਕੀ ਹੋ ਜੂਗਾ ਛੋਟੇ ਹੁੰਦੇ ਨੇ ਮੇਰੇ ਤੋਂ ਵੀ ਕਰਦੇ ਨੇ ਬਥੇਰੀਆਂ ਮਟੀਆਂ ਧਵਾਈਆਂ ਕੱਚੀ ਲੱਸੀ ਦੁੱਧ ਪਾ ਗਿਆ ਪੁੱਤਾਂ ਮੜ ਜਾ ਜਾ ਮੱਥਾ ਟੇਕਿਆ ਉੱਥੇ ਉਹ ਸੱਪਾਂ ਵਾਲੀ ਮੱਟੀ ਤੇ ਬਥੇਰੀਆਂ ਮੈਂ ਵੀ ਧੋ ਯਾ ਮੀ ਗਾਦੋ ਗੋਰਡੋਨ ਹੈ ਜੀ ਤੇ ਵਾਕਈ ਬਹੁਤ ਕੁਝ ਹੋ ਰਿਹਾ ਦਿਨ ਦੁਨੀਆਦਾਰੀ ਚ ਤੇ ਆਪਾਂ ਕਿੱਥੇ ਤੁਰੇ ਫਿਰਦੇ ਰਨਾਲਟ ਕੰਪਨੀ ਨੇ ਉੱਡਣ ਵਾਲੀ ਕਾਰ ਬਣਾਤੀ ਬਿਨਾ ਟਾਇਰਾਂ ਤੋਂ ਇਹਨਾਂ ਦੀ ਇਹ ਕਾਰ ਨੂੰ 60 ਸਾਲ ਹੋ ਗਿਆ 60 ਸਾਲ ਪਹਿਲਾਂ ਇਹ ਕਾਰ ਰਨਾਲਟ ਕੰਪਨੀ ਫਰਾਂਸ ਦੀ ਆ ਸੋ ਯੂਰਪ ਚ ਬਹੁਤ ਚੱਲਦਾ ਇਹ ਮਾਰਕਾ ਇੱਧਰ ਤਾਂ ਥੋੜਾ ਘਟਿਆ ਸੋ ਦੇਖਿਆ ਹੁਣ ਯੂਰਪ ਚ ਰਹਿਣ ਵਾਲਿਆਂ ਨੇ ਆ ਮਾਰਕਾ ਸੋ ਰਨਾਲਟ ਕੰਪਨੀ ਨੇ ਨਵੀਂ ਕਾਰ ਪੇਸ਼ ਕੀਤੀ ਉੱਡਣ ਵਾਲੀ ਕਾਰ ਬਿਨਾ ਟਾਇਰਾਂ ਤੋਂ ਬਿਨਾ ਪੜੂਆਂ ਤੋਂ ਤੇ ਦੇਖ ਸਕਦੇ ਆ ਜੀ ਇਸ 100 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਉੱਡ ਸਕਦੀ ਆ ਦੇਖੋ ਜੀ ਦਰਸਾਲ ਇਹ ਕਾਰ ਨੂੰ ਜੀ 160 ਚ ਹੀ ਨਹੀਂ ਕੱਢੀ ਸੀ ਕਰੋੜ ਦੇ ਕਰੀਬ ਇਹ ਕਾਰ ਵਿਗ ਚੁੱਕੀ ਆ 100 ਤੋਂ ਵੱਧ ਸ਼ਹਿਰਾਂ 'ਚ ਤੇ ਹੁਣ ਉਹੀ ਪੁਰਾਣੀ ਕਾਰ ਨੂੰ ਇਹਨਾਂ ਦੇ 60 ਸਾਲ ਹੋ ਚੱਲੇ ਆ ਤੇ ਉਸੇ ਖੁਸ਼ੀ 'ਚ ਇਹਨਾਂ ਨੇ ਉਹਨੂੰ ਉੱਡਣ ਵਾਲੀ ਕਾਰ ਬਣਾ ਦਿੱਤਾ ਬਾਈ ਦੁਨੀਆ ਕਿੱਥੇ ਪਹੁੰਚ ਗਈ ਉੱਡਣ ਵਾਲੀਆਂ ਕਾਰਾਂ ਤੇ ਤੇ ਅਸੀਂ ਪੋਸਟਰ ਧੋਈ ਜੰਨੇ ਫਿਲਮਾਂ ਵਾਲਿਆਂ ਦੇ ਦੁੱਧ ਨਾਲ ਇਹ ਹੋਰ ਦਿਖਾਉਣੇ ਬਹੁਤ-ਬਹੁਤ ਚੱਲ ਰਿਹਾ ਜੀ ਦੀਨ ਦੁਨੀਆਦਾਰੀ 'ਚ ਨਵਾਂ ਕਰੋਨਾ ਆਇਆ ਉਹਦੀ ਗੱਲ ਵੀ ਦੱਸਦੇ ਆ ਤੇ ਇੰਗਲੈਂਡ ਤੋਂ ਬਹੁਤ ਸੁਣਦੇ ਕਰਦਾ ਕਰੋ ਇੰਗਲੈਂਡ ਦੀ ਪਹਿਲੀ ਮਹਿਲਾ ਐਮਪੀ ਕੌਣ ਸੀ ਲੇਡੀ ਐਸਟਰ ਐਸਟਰ ਨਹੀਂ ਐਸਟਰ ਏ ਐਸ ਟੀ ਓ ਆਰ ਨੈਂਸੀ ਐਸਟਰ ਅੱਜ ਦੇ ਦਿਨ 1919 ਚ ਇੰਗਲੈਂਡ ਦੀ ਪਹਿਲੀ ਔਰਤ ਮੈਂਬਰ ਪਾਰਲੀਮੈਂਟ ਹੋਈ ਸੀ ਜੀ ਤੇ ਇਸ ਵੀਡੀਓ ਚ ਕੁਝ ਔਰਤਾਂ ਬਾਰੇ ਦੱਸ ਰਿਹਾ ਹਾਂ ਦੀਨ ਦੁਨੀਆਦਾਰੀ ਦੀਆਂ ਜਿਹੜੀਆਂ ਰਾਜਨੀਤੀ ਚ ਕੰਮ ਕਰਦੀਆਂ ਉਹ ਦਿਖਾ ਰਿਹਾ ਮੈਂ ਤੁਹਾਨੂੰ ਤੇ ਇੰਗਲੈਂਡ ਤੋਂ ਬਹੁਤ ਵੀਰਪਰਾ ਫੈਮਲੀਆਂ ਦੇਖਦੀਆਂ ਸਭ ਦਾ ਸ਼ੁਕਰੀਆ ਕਲਿੱਕ ਵੀ ਕਰਦਾ ਕਰੋ ਏ ਐਸ ਟੀ ਓ ਆਰ ਹੁਣ ਪ੍ਰੋਨਾਉਂਸ ਕਰ ਲਿਓ ਆ ਭਈ ਆਪਾਂ ਤਾਂ ਅਸਤਰ ਹੀ ਕਹਿਣਾ ਪੰਜਾਬੀ ਵਿੱਚ ਅੱਜ ਦੇ ਦਿਨ ਇਹ ਅਸਤਰ ਐਮਪੀ ਬਣੀ ਸੀਗੀ ਇੰਗਲੈਂਡ ਦੀ ਪਹਿਲੀ ਮਹਿਲਾ ਐਮਪੀ ਹਾਂਜੀ ਤੇ ਹੋਰ ਦਿਖਾਉਣੇ ਆ ਜੀ ਕੀ ਚੱਲ ਰਿਹਾ ਤੇ ਨਿਊਜ਼ੀਲੈਂਡ ਤੋਂ ਵੀ ਬਹੁਤ ਸੁਣਦੇ ਸਭ ਦਾ ਧੰਨਵਾਦ ਨਿਊਜ਼ੀਲੈਂਡ ਦੀ ਮਹਿਲਾ ਐਮਪੀ ਸਾਰੀ ਦੁਨੀਆ 'ਚ ਇਸ ਦੀ ਵਾਵਾ ਹੋ ਰਹੀ ਆ ਇਹ ਪ੍ਰੈਗਨੈਂਟ ਸੀ ਜੀ ਤੇ ਦੇਖ ਲਓ ਆਪਣੇ ਐਮਪੀ ਛੱਡੋ ਆਪਣੇ ਦਾ ਭਰਾਵੋ ਪੰਜ ਸਰਪੰਚ ਮੇਰ ਉਹ ਵੀ ਪੰਜ ਸੱਤ ਬੋਡੀਗਾਰਡ ਵਾਲੇ ਦੁਆਲੇ ਰੱਖਦੇ ਉਹ ਕਹਿੰਦੇ ਪਰਾਂ ਹੈਡ ਤੂੰ ਕੌਣ ਇਹ ਦੇਸ਼ ਤਾਂ ਹੀ ਯਾਰ ਤਰੱਕੀਆਂ ਚ ਸਾਡਾ ਜਿਹੜਾ ਖਰਚਾ ਸਾਡੇ ਦੇਸ਼ ਦਾ ਅੱਧੇ ਤੋਂ ਵੱਧ 75% ਤਾਂ ਜਿਹੜੇ ਲੀਡਰਾਂ ਦੇ ਪਿੱਛੇ ਘਾਰਾਂ ਉ ਕਰਦੀਆਂ ਘੁੰਮਦੀਆਂ ਤੇਲ ਫੂਕਦੇ ਐਵੇਂ ਹੀ ਲਗੌੜ ਲੈ ਕੇ ਘੁੰਮਦੇ ਰਹਿੰਦੇ ਦੇਸ਼ ਨੂੰ ਨੰਗਤਾ ਇਹਨਾਂ ਨੇ ਕੀਤਾ ਆ ਹੁਣ ਐਮਪੀ ਆ ਨਿਊਜ਼ੀਲੈਂਡ ਦੀ ਹਾਂਜੀ ਇਹ ਜੀ ਪ੍ਰੈਗਨੈਂਸੀ ਹੈ ਨਾ ਤੇ ਜਿਹਦੇ ਹੋਇਆ ਵੀ ਹਾਂਜੀ ਨਿਆਣਾ ਹੋਣ ਲੱਗਾ ਤੇ ਬਸ ਚੱਕਿਆ ਅਗਲੀ ਨੇ ਸਾਈਕਲ ਦੇਖ ਸਕਦੇ ਆ ਪ੍ਰੈਗਨੈਂਟ ਸਾਈਕਲ ਚੱਕਿਆ ਤੇ ਪਹੁੰਚ ਗਈ ਹਸਪਤਾਲ ਐਮਪੀ ਆ ਕੋਈ ਆਮ ਇਨਸਾਨ ਨਹੀਂ ਮੈਂਬਰ ਪਾਰਲੀਮੈਂਟ ਐ ਐਮਪੀ ਨਿਊਜ਼ੀਲੈਂਡ ਦੀ ਤੇ ਹਲੋ ਜੀ ਨਿਆਣਾ ਹੋ ਗਿਆ ਅਗਲੀ ਦੇ ਦੇਖ ਲੋ ਏ ਜੇ ਦੇਸ਼ ਤਾਂ ਹੀ ਤਰੱਕੀਆਂ ਜਤੇ ਹੋਰ ਦਿਖਾਉਣਾ ਤੁਹਾਨੂੰ ਦੋਗ ਤਸਵੀਰਾਂ ਹੋਰ ਬਾਈ ਆਪਣੇ ਆ ਬਾਦਲ ਆ ਰਿਹਾ ਤਾਂ ਉੱਠ ਹੁੰਦਾ ਨਹੀਂ ਪੰਜ ਜਣੇ ਇਧਰੋਂ ਫੜਨ ਨੂੰ ਚਾਹੀਦੇ ਪੰਜ ਜਣੇ ਇਧਰੋਂ ਫੜਨ ਨੂੰ ਕਿੱਥੋਂ ਭਲਾ ਹੂ ਦੇਸ਼ ਦਾ ਆ ਫਿਨਲੈਂਡ ਦੀ ਆ ਆ ਫਿਨਲੈਂਡ ਦੀਆਂ ਇਹ ਕੋਈ ਮਾਡਲਾਂ ਨਹੀਂ ਗੀਆਂ ਫਿਨਲੈਂਡ ਦੇਸ਼ ਦੀਆਂ ਉਸ ਦੇਸ਼ ਜਿੱਥੇ ਦਾ ਨੋਕੀਆ ਆਇਆ ਆ ਉਹ ਦੇਸ਼ ਜਿੱਥੇ ਕਿ ਜੁਰਮਾਨਾ ਤੁਹਾਡੀ ਮਤਲਬ ਭਈ ਤਨਖਾਹ ਦੇ ਹਿਸਾਬ ਨਾਲ ਹੁੰਦਾ ਜੇ ਕਿਸੇ ਨੂੰ ਪੁਲਿਸ ਰੋਕਦੀ ਆ ਤੁਹਾਡੀ ਤਨਖਾਹ ਦੇ ਹਿਸਾਬ ਨਾਲ ਜੁਰਮਾਨਾ ਹੁੰਦਾ ਫਿਨਲੈਂਡ ਚ ਹਨਾ ਸਾਰਿਆਂ ਨੂੰ ਸੇਮ ਨਹੀਂ ਇੱਕ ਵਾਰ ਨੋਕੀਆ ਕੰਪਨੀ ਦਾ ਸੀਈਓ ਰੋਕਿਆ ਸੀ ਪੁਲਿਸ ਨੇ ਤੇ ਉਸ ਨੂੰ ਜੁਰਮਾਨਾ ਉਹਦੀ ਤਨਖਾਹ ਦੇ ਅਨਸਾਰ ਬਹੁਤ ਜ਼ਿਆਦਾ ਹੋਇਆ ਸੀ ਹਨਾ ਜੇ ਕੋਈ ਹੋਰ ਕੰਮ ਕਰਦਾ ਘੱਟ ਤਨਖਾਹ ਉਹਨੂੰ ਜਿਹੜਾ ਫਾਈਨ ਆ ਤਨਖਾਹ ਦੇ ਅਨਸਾਰ ਹੁੰਦਾ ਫਿਨਲੈਂਡ ਚ ਇਹ ਫਿਨਲੈਂਡ ਦੀਆਂ ਲੀਡਰਾਂ ਆ ਕੋਈ ਮਾਡਲਾ ਨਹੀਂ ਗਈ ਤੇ ਸੈਨਾ ਮਰੀਨ 33 34 ਸਾਲ ਦੀ ਫਿਨਲੈਂਡ ਦੀ ਹੈ ਪ੍ਰਧਾਨ ਮੰਤਰੀ ਆ ਦੇਖ ਸਕਦੇ ਆ ਜੀ ਇਹ ਚ ਹੈ ਦੇਸ਼ ਤਾਂ ਉਹੀ ਤਰੱਕੀਆ ਕਰੂ ਜਿੱਥੇ ਲੀਡਰ ਭੱਜ ਦੌੜ ਸਕਣ ਹਨਾ ਵੀ ਮਤਲਬ ਆਪਣੇ ਉਹੀ ਗੱਲ ਬਾਦਲ ਨੂੰ ਪੰਜ ਇਧਰੋਂ ਫੜਨ ਵਾਲੇ ਚਾਹੀਦੇ ਪੰਜ ਇਧਰੋਂ ਫੜ ਔਰ ਅੱਬਾ ਜੇ ਤੂੰ ਹੈ ਗਿਆ ਪਰ ਬੱਦਲਾਂ ਨੂੰ ਪਰਾਂ ਜਾ ਕਰਕੇ ਚੱਕਲਾ ਮੜ ਜਾ ਇਹਨੂੰ ਚੱਕਲਾ ਕਈ ਕਹਿੰਦੇ ਜੀ ਦੁਸ਼ਮਣ ਮਾਰੇ ਤੇ ਖੁਸ਼ੀ ਨਾ ਕਰੀਏ ਸੋ ਭਰਾਵੋ ਜਿਨ੍ਹਾਂ ਮਾਵਾ ਦੇ ਜਵਾਨ ਪੁੱਤ ਹਜ਼ਾਰਾਂ ਲੱਖਾਂ ਮਾਰੇ ਹੁਣ ਉਹਦੇ ਮਾਰੇ ਤੇ ਤਾਂ ਆਪਾਂ ਪੰਗੜੇ ਪਾਉਂਗੇ ਤੁਸੀਂ ਜਿਹੜੀਆਂ ਮਰਜ਼ੀ ਲੈਣਾ ਲਿਖ ਲਿਓ ਵੀ ਦੁਸ਼ਮਣ ਮਾਰੇ ਤੇ ਖੁਸ਼ੀ ਨਾ ਕਰੀਏ ਸਹੀ ਆ ਨਾ ਤੁਸੀਂ ਵੀ ਦੇਖੀਆਂ ਨਹੀਂ ਇਹਦੀਆਂ ਕਰਤੂਤਾ ਕੇਪੀਐਸ ਅਗਿਲ ਨੂੰ ਕਿਦਾਂ ਸ਼ਾਮ ਨੂੰ ਜਾ ਕੇ ਪੁੱਛਦਾ ਸੀ ਕਿੰਨੇ ਮਾਰਤੇ ਫੇ ਅੱਜ ਪੜ ਲਿਓ ਕਿਤਾਬਾਂ ਪਤਾ ਲੱਗ ਜੂ ਆ ਜਿਹੜੇ ਕਹਿੰਦੇ ਆ ਵੀ ਕਾਂਗਰਸ ਨੇ ਮੁੰਡੇ ਮਾਰੇ ਆ ਇਹ ਨਹੀਂ ਥੋੜਾ ਕਹਾਣ ਕੀਤਾ ਆ ਫਿਰ ਪੜ ਲਿਓ ਓਕੇ ਜੀ ਤੇ ਇਹ ਆ ਜੀ ਤੇ ਆਹ ਲਓ ਜੀ ਆਹ ਵਿਚਾਰੀ 스웨덴 ਦੀ ਪ੍ਰਧਾਨ ਮੰਤਰੀ ਬਣੀ ਤਿੰਨ ਚਾਰ ਘੰਟਿਆਂ ਲਈ ਤੇ ਇਹਨੂੰ ਅਸਤੀਫਾ ਦੇਣਾ ਪੈ ਗਿਆ ਐਂਡਰਸਨ ਦਰਸਲ ਜਿਹੜੀ ਦੂਜੀ ਪਾਰਟੀ ਨੇ ਇਹਨੂੰ ਹਮਾਇਤ ਦਿੱਤੀ ਸੀ ਜਦੋਂ ਬਜਟ ਪੇਸ਼ ਕਰਨਾ ਸੀ ਉਹ ਨਹੀਂ ਹੱਥ ਪਿੱਛੇ ਨੂੰ ਖਿੱਚ ਲੈ ਤੇ 5-6 ਘੰਟੇ ਇਹ ਵੀ ਪ੍ਰਧਾਨ ਮੰਤਰੀ ਰਹੀ ਸੀ ਸਵੀਡਨ ਦੀ ਉਹ ਪਹਿਲੀ ਫਿਨਲੈਂਡ ਦੀ ਸੀ ਇਹ ਸਵੀਡਨ ਦੀ ਆ ਸੋ ਯੂਰੋਪੀਅਨ ਦੇਸ਼ਾਂ 'ਚ ਮੋਸਟਲੀ ਜਿਹੜੀਆਂ ਲੀਡਰ ਆ ਫੀਮੇਲ ਆ ਹਨਾ ਤੇ ਹੈਗੀਆਂ ਵੀ ਯੰਗ ਆ ਹਨਾ ਸੋ ਦੇਖ ਸਕਦੇ ਆ ਤੇ ਹੋਰ ਦਿਖਾਉਣੇ ਜੀ ਬਹੁਤ ਕੁਛ ਚੱਲ ਰਿਹਾ ਦੁਨੀਆਂ ਦੁਨੀਆਦਾਰੀ ਚ ਤੇ ਇਰਾਨ ਚ ਪ੍ਰੋਟੈਸਟ ਹੋ ਰਿਹਾ ਕਿਸਾਨਾਂ ਦੇ ਉੱਚ ਵੀ ਲੱਖਾਂ ਲੋਕ ਇਕੱਠੇ ਹੋਏ ਆ ਜਿੱਦਾਂ ਆਪਣੇ ਭਾਰਤ ਚ ਸੀ ਉਹ ਕਾਦਾ ਪ੍ਰੋਟੈਸਟ ਆ ਉਹ ਵੀ ਦਿਖਾਉਣੇ ਆ ਜੀ ਹੋਰ ਵੀ ਹੈਗੀਆਂ ਪੰਜ ਸੱਤ ਬੱਕਰੀਆਂ ਵੱਕਰੀਆਂ ਦੀਨ ਦੁਨੀਆਦਾਰੀ ਦੀਆਂ ਤਸਵੀਰਾਂ ਆ ਤੇ ਇੱਕ ਸਕਿੰਟ ਰੁਕਿਓ ਜੀ ਅਗਲੀ ਤਸਵੀਰ ਦਿਖਾਉਣੇ ਆ ਜੀ ਤੁਹਾਨੂੰ ਤੇ ਬਾਕੀ ਵਧਾਈਆਂ ਸਾਰਿਆਂ ਦੇ ਦਿਦੇਓ ਨੈਟ ਮਹਿੰਗਾ ਹੋ ਰਿਹਾ ਆ ਤੇ ਬਾਕੀ ਪੰਜਾਬ ਪੁਲਿਸ ਦੀ ਮੈਂ ਪਹਿਲੀ ਵਾਰ ਤਾਰੀਫ ਕਰਨ ਲੱਗਾ ਜ਼ਿੰਦਗੀ 'ਚ ਮੈਂ ਮੈਨੂੰ ਨਹੀਂ ਲੱਗਦਾ ਮੈਂ ਕਦੀ ਨਹੀਂ ਤਾਰੀਫ ਕੀਤੀ ਹੁਣੀ ਆ ਜਿਹੜਾ ਯਾਰ ਆਪਣਾ ਕਿਹੜਾ ਕਿਸੇ ਨਾਲ ਕੋਈ ਬੈਰ ਵਿਰੋਧ ਹੈ ਨਾ ਆਪਣਾ ਪੰਜਾਬ ਪੁਲਿਸ ਨਾਲ ਬੈਰ ਵਿਰੋਧ ਨਾ ਆਪਣਾ ਮੋਦੀ ਨਾਲ ਨਾ ਕਿਸੇ ਨਾਲ ਜੀ ਕੋਈ ਚੰਗਾ ਕੰਮ ਕਰੂ ਆਪਾਂ ਪੇਸ਼ ਕਰ ਦੇਣਾ ਤਾਰੀਫ ਕਰ ਦੇਣੀ ਹੈ ਨਾ ਸੋ ਪੰਜਾਬ ਪੁਲਿਸ ਦੀ ਮੈਨੂੰ ਲੱਗਦਾ ਜਦੋਂ ਦਾ ਮਜਮਾ ਪਹਿਲੀ ਵਾਰ ਤਰੀਫ ਕਰਨ ਲੱਗਾ ਪੰਜਾਬ ਪੁਲਿਸ ਨੇ ਬਹੁਤ ਹੀ ਜ਼ਿਆਦਾ ਸ਼ਲਾਘਾਯੋਗ ਕੰਮ ਕੀਤਾ ਕੰਮ ਕੀ ਕੀਤਾ ਲੁਧਿਆਣੇ ਚ ਪਤਾ ਨਹੀਂ ਕਿ ਸ਼ੈਂਟੀ ਕਲੋਨੀ ਪਤਾ ਨਹੀਂ ਕਿਹੜੀ ਸੀ ਲੁਧਿਆਣੇ ਚ ਇੱਕ ਔਰਤ ਕੋਲੋਂ ਇਹ ਨਿਆਣਾ ਖੋਗੇ ਭੱਜ ਗਏ ਹਾਂਜੀ ਕੋਈ ਆਇਆ ਔਰਤ ਦੇ ਕੋਲ ਸੋ ਬਾਈ ਜੀ ਆਪਣੇ ਖਿਆਲ ਰੱਖਿਆ ਕਰੋ ਮਤਲਬ ਪਰਸਾਂ ਦਾ ਚੀਨੀਆਂ ਦਾ ਤਾਂ ਰੱਖਣਾ ਹੀ ਰੱਖਣਾ ਜੇ ਤੁਹਾਡੇ ਕੋਲ ਨਿਆਣਾ ਚੱਕਿਆ ਉਹਨੂੰ ਵੀ ਘੁੱਟ ਕੇ ਫੜਿਆ ਕਰੋ ਸਪੈਸ਼ਲੀ ਹਨਾ ਨਾਲੇ ਗੱਲ ਇਹ ਵੀ ਆਪਾਂ ਡਿਲੀਵਰ ਕਰਦੀ ਏ ਵੀ ਇਹ ਵਾਰ ਦਿੱਤਾ ਨਿਆਣੇ ਖੋਣ ਦੀਆਂ ਵੀ ਹੋ ਰਹੀਆਂ ਛੋਟੇ ਛੋਟੇ ਲੁਧਿਆਣੇ ਚ ਇੱਕ ਔਰਤ ਕੋਲ ਇੱਕ ਬੰਦਾ ਆਇਆ ਕਹਿੰਦਾ ਮੈਂ ਗਰਮ ਕੱਪੜੇ ਡੋਨੇਟ ਕਰਨੇ ਐ ਇਦਾਂ ਉਦਾਂ ਕੋਲ ਆਇਆ ਤੇ ਨਾਲ ਉਹਦੇ ਇੱਕ ਔਰਤ ਸੀ ਗੱਡੀ 'ਚ ਸੀਗੇ ਤੇ ਆ ਨਿਆਣਾ ਸੀ ਛੋਟਾ ਜਿਹਾ ਨਿਆਣੇ ਦੀ ਮਾਂ ਦੇ ਕੋਲੋਂ ਉਹਨੂੰ ਖੋਇਆ ਤੇ ਭੱਜ ਗਿਆ ਪੰਜਾਬ ਪੁਲਿਸ ਨੇ ਬਹੁਤ ਜ਼ਿਆਦਾ ਸ਼ਲਾਗ ਹੈ ਜੋ ਕੰਮ ਕੀਤਾ ਬਾਈ ਜੀ 8 ਦਿਨ ਹਾਂਜੀ ਸਹੀ ਸੁਣਿਆ 8 ਦਿਨ ਲੱਗੇ ਬਿਹਾਰ ਯੂਪੀ ਪੰਜਾਬ ਤਿੰਨ ਸਟੇਟਾਂ ਜਿਨ੍ਹਾਂ ਨੇ ਪੂਰਾ ਚੱਕਰ ਵੀ ਪਾਇਆ ਸੀ ਆਈਡੀ ਪੂਰੀ ਫਿਲਮੀ ਸੀਨ ਹੈਨਾ ਤੇ ਯੂਪੀ ਬਿਹਾਰ ਦੇ ਬਾਰਡਰ ਤੋਂ ਬੰਦਾ ਫੜਿਆ ਧੰਨਵਾਦ ਜੀ ਪੰਜਾਬ ਪੁਲਿਸ ਦਾ ਸ਼ੁਕਰੀਆ ਤਹਿ ਦਿਲੋਂ ਸ਼ੁਕਰੀਆ ਜੀ ਹੈਨਾ ਤੁਸੀਂ ਮਾਂ ਨੂੰ ਦਾ ਨਿਆਣਾ ਮਲਾਇਆ ਛੋਟਾ ਜਿਹਾ ਹੈਨਾ ਜਿਹੜੇ ਕਿ ਖੋ ਗਏ ਯੂਪੀ ਬਿਹਾਰ ਨੂੰ ਭੱਜ ਗਏ ਸੀਗੇ ਸੋ ਬਹੁਤ ਵਧੀਆ ਕਾਰਜ ਕੀਤਾ ਪੰਜਾਬ ਪੁਲਿਸ ਨੇ ਤਹਿ ਦਿਲੋਂ ਸ਼ੁਕਰੀਆ ਹੈਨਾ ਜੇ ਕੋਈ ਵਧੀਆ ਕੰਮ ਕਰੂ ਆਪਾਂ ਵਧੀਆ ਕਹਿ ਦੇਣਾ ਕਿ ਨਹੀਂ ਤੇ ਬਾਕੀ ਹੋਰ ਦਿਖਾਉਣੇ ਫਿਰ ਇੱਕ ਗਰ ਰਿਕੁਐਸਟ ਆ ਆਪਣੇ ਸਾਰੇ ਰਿਸ਼ਤੇਦਾਰਾਂ ਤੱਕ ਡਿਲੀਵਰ ਕਰ ਦਿਓ ਜਿਨ੍ਹਾਂ ਮਾਮਾ ਦੇ ਛੋਟੇ ਛੋਟੇ ਨਿਆਣੇ ਆ ਸੋ ਥੋੜਾ ਧਿਆਨ ਨਾਲ ਹਨਾ ਸੋ ਨਿਆਣੇ ਖੋਗੇ ਭੱਜਣ ਵਾਲੇ ਗਰੋ ਵੀ ਪੰਜਾਬ 'ਚ ਬਹੁਤ ਸਰਗਰਮ ਆ ਚੇਨੀਆਂ ਵਾਲੀਆਂ ਵਾਲੇ ਤਾਂ ਚਲੋ ਹੈਗੇ ਹੀ ਆ ਹੋਰ ਦਿਖਾਉਣੇ ਆ ਤੁਹਾਨੂੰ ਤੇ ਆ ਪਹਚਾ ਦਿਓ ਸਾਰਿਆਂ ਤੱਕ ਸੋ ਫਿਰ ਐਵੇਂ ਹੀ ਗਾਂ ਪਛਤਾਉਣਾ ਨਾ ਪਵੇ ਤੇ ਬਾਕੀ ਈਰਾਨ ਦੇਸ਼ ਬਗੀਆਂ ਦਾ ਦੇਸ਼ ਉੱਥੇ ਵੀ ਲੱਖਾਂ ਲੋਕ ਪ੍ਰੋਟੈਸਟ ਕਰ ਰਹੇ ਆ ਬਾਈ ਜੀ ਆਉਣ ਵਾਲੀ ਜਿਹੜੀਆਂ ਯੰਗਾਂ ਹੋਣੀਆਂ ਪਾਣੀ ਦੇ ਲਈ ਹੋਣੀਆਂ ਉੱਥੇ ਪਾਣੀ ਨਹੀਂ ਮਿਲ ਰਿਹਾ ਕਿਸਾਨਾਂ ਨੂੰ ਹਾਂਜੀ ਸਹੀ ਸੁਣਿਆ ਤੁਸੀਂ ਉੱਥੇ ਲੱਖਾਂ ਲੋਕ ਪ੍ਰੋਟੈਸਟ ਕਰ ਰਹੇ ਨੇ ਕਿਸਾਨਾਂ ਨੂੰ ਆਪਣੀਆਂ ਜੋ ਫਸਲਾਂ ਲਈ ਉਹਨਾਂ ਲਈ ਪਾਣੀ ਨਹੀਂ ਮਿਲ ਰਿਹਾ ਸੋ ਲੱਖਾਂ ਲੋਕ ਸੜਕਾਂ ਤੇ ਉਤਰਿਆ ਆਏ ਆ ਜਿੱਦਾਂ ਆਪਣੇ ਦਿੱਲੀ 'ਚ ਕਿਸਾਨ ਬੈਠੇ ਐ ਇਦਾਂ ਹੀ ਉੱਥੇ ਹਰ ਇੱਕ ਦੇਸ਼ 'ਚ ਪੁਲਿਸ ਇਹੀ ਕਰਦੀ ਪਈ ਸੱਚਾ ਸਰਕਾਰ ਇਹੀ ਕਰਦੀ ਵੀ ਪੁਲਿਸ ਜਾਂ ਜੋ ਵੀ ਆ ਫੌਜ ਨੂੰ ਮੋਹਰੇ ਕਰਕੇ ਇਹਨਾਂ ਦੇ ਡਾਂਗ ਫੇਰੋ ਭੱਜ ਜਾਣਗੇ ਫਰ ਜਿੱਥੇ ਜੀ ਨਹੀਂ ਹੱਕ ਲੈਣੇ ਹੁੰਦੇ ਫਿਰ ਕਿੱਥੋਂ ਡਾਂਗਾਂ ਦੋ ਭੱਜਦੇ ਆ ਸੋ ਇੱਥੇ ਵੀ ਜਿੱਦਾਂ ਆਪਣੇ ਦਿੱਲੀ ਜੀ ਸੀ ਕਈ ਗਿਰਫਤਾਰ ਕੀਤੇ ਕਈਆਂ ਦੇ ਸੱਟਾਂ ਲੱਗੀਆਂ ਡਾਂਗ ਭਰਾਈ ਪੁਲਿਸ ਨੇ ਸਾਰਾ ਹੀ ਕੁਝ ਸ਼ਤਰੂ ਗਿਆ ਸਾਰਾ ਹੀ ਕੁਝ ਇਸਤੇਮਾਲ ਕੀਤਾ ਪਰ ਉਹ ਟੱਸ ਤੋਂ ਮੱਸ ਨਹੀਂ ਹੋਏ ਸੋ ਈਰਾਨ 'ਚ ਬਹੁਤ ਪੰਗਾ ਪੈ ਰਿਹਾ ਜੀ ਪਾਣੀ ਨਹੀਂ ਮਿਲ ਰਿਹਾ ਉੱਥੇ ਨਦੀਆਂ ਸੁੱਕੀਆਂ ਪਈਆਂ ਆ ਸੋ ਕਿਸਾਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਇਸ ਲਈ ਈਰਾਨ 'ਚ ਲੱਖਾਂ ਲੋਕ ਘਰਨਿਆਂ ਤੇ ਬੈਠੇ ਨੇ ਹਨਾ ਸੋ ਹਰ ਕੋਈ ਚਾਹੁੰਦਾ ਹੁੰਦਾ ਸਾਡੀ ਗੱਲ ਅੰਤਰਰਾਸ਼ਟਰੀ ਪੱਧਰ ਤੇ ਪਹੁੰਚੇ ਅਸੀਂ ਵੀ ਚਾਹਿਆ ਸਾਡੇ ਦਿੱਲੀ ਦੇ ਕਿਸਾਨਾਂ ਦੀ ਹਨਾ ਆਪਣੇ ਹੱਕ ਦੀ ਗੱਲ ਦੂਨ ਦੀਨ ਦੁਨੀਆਦਾਰੀ ਤੱਕ ਪਹੁੰਚੇ ਹਨਾ ਹੁਣ ਮੈਨੂੰ ਕਿਹੜਾ ਕਿਸ ਨੇ ਰਾਨੀ ਨੇ ਕਿਹਾ ਇਹ ਤਾਂ ਇਨਸਾਨੀਅਤ ਦੇ ਨਾਤੇ ਮੈਂ ਕਹਾਂ ਚਲੋ ਤੁਹਾਡੇ ਤੱਕ ਪਹੁੰਚਾ ਦਵਾਂ ਹਨਾ ਵੀ ਰਾਨ ਚ ਵੀ ਪ੍ਰੋਟੈਸਟ ਹੋ ਰਹੇ ਨੇ ਸੋ ਹੋਰ ਦਿਖਾਉਨੇ ਆ ਜੀ ਤੇ ਤਸਵੀਰਾਂ ਤਿੰਨ ਕ ਹੋਰ ਰਹਿ ਗਈਆਂ ਆ ਤੇ ਨਿਊਜ਼ੀਲੈਂਡ ਦੇ ਇਤਿਹਾਸ ਚ ਨਿਊਜ਼ੀਲੈਂਡ ਤੋਂ ਬਹੁਤ ਵੀਰ ਆ ਬੰਦੇ ਦਾ ਪਹਿਲਾਂ ਦੱਸਾ ਦਿੰਨੇ ਆ ਦੁਨੀਆ ਦਾ ਜਿਹੜਾ ਸਭ ਤੋਂ ਵੱਡਾ ਸਮੁੰਦਰ ਆ ਉਹਦੀ ਖੋਜ ਅੱਜ ਦੇ ਦਿਨ ਇਹ ਬੰਦੇ ਨੇ 1519 ਚ ਕੀਤੀ ਸੀ ਨੰਦ ਨੇ ਨੰਦ ਤਾਂ ਮਰਾ ਉਹ ਮੈਂ ਕੋਲੋਂ ਕਹਿਤਾ ਇਹਦਾ ਨਾਂ ਹੋ ਰਿਹਾ ਹਨਾ ਪਰਦੀਨਨ ਦਾ ਹਨਾ ਇਹ ਪੁਰਤਗਾਲ ਦਾ ਸੀ ਆਨੰਦਕਿਸ਼ੋਰ ਨਹੀਂ ਦਾ ਨਾ ਚਲੋ ਇਹਦੇ ਨਾਂ 'ਚ ਆਨੰਦ ਲੱਗਦਾ ਸੀਗਾ ਸੋ ਮੈਂ ਕਹਿੰਦਾ ਅੱਜ ਦੇ ਦਿਨ ਇਸ ਨੇ ਕੀਤੀ ਸੀ ਤੇ ਇਹਨੇ ਕਹੀ ਸੀ ਪੈਸੀਫਿਕ ਦਾਲ ਮਾਰ ਜਿਹੜਾ ਮੈਂ ਸਮੁੰਦਰ ਤੁਹਾਨੂੰ ਦਿਖਾਉਣਾ ਹੁੰਦਾ ਜਿਹੜਾ ਦੇਖ ਲਓ ਕਿੱਧਰ ਹੈ ਆਸਟ੍ਰੇਲੀਆ ਜਪਾਨ ਕਿੱਧਰ ਦੁਨੀਆ ਦੇ ਕੋਨੇ ਤੇ ਕਿੱਧਰ ਇੱਧਰ ਬੈਨਕੂਵਰ ਅਮਰੀਕਾ ਹਨਾ ਸੋ ਸਾਰਾ ਇਸ ਉਹਦਾ ਤੁਹਾਨੂੰ ਮੈਂ ਏਰੀਆ ਦਿਖਾਉਣਾ ਇਹਨੇ ਖੋਜ ਕੀਤੀ ਸੀ 1519 ਚ ਅੱਜ ਦੇ ਦਿਨ ਇਹ ਗਿਆ ਸੀ ਉੱਥੇ ਤੇ ਲੱਭਿਆ ਸੀ ਨੇ ਮਤਲਬ ਲੱਭਣ ਇਹ ਸਪੇਨ ਤੋਂ ਤੁਰਿਆ ਸੀ ਇੰਡੋਨੇਸ਼ੀਆ ਦੇ ਟਾਪੂ ਲੱਭਣ ਤੇ ਅੱਜ ਦੇ ਦਿਨ ਪੈਸੀਫਿਕ ਓਸ਼ੀਅਨ ਇਹਨੇ ਲੱਭਿਆ ਸੀਗਾ ਤੇ ਨੇ ਕਿਹਾ ਸੀ ਪੈਸੀਫਿਕ ਦਲਮਾਰ ਭਈ ਸ਼ਾਂਤ ਸਮੁੰਦਰ ਹੈ ਨਾ ਆਪਾਂ ਪੰਜਾਬੀ ਚ ਕਹਿੰਦੇ ਆ ਨਾ ਪ੍ਰਸ਼ਾਂਤ ਮਹਾਸਾਗਰ ਉਹ ਪੈਸੀਫਿਕ ਓਸ਼ੀਅਨ ਨੂੰ ਹੀ ਕਹਿੰਦੇ ਆ ਥੋੜਾ ਜਿਹਾ ਇਹਦਾ ਮੈਪ ਦਿਖਾ ਦਵਾ ਏ ਆ ਜੀ ਹੁਣ ਮੈਂ ਬੈਠਾ ਇੱਥੇ ਬੈਠਾ ਹਨਾ ਮੈਂ ਕਿੱਥੇ ਬੈਠਾ ਆ ਬ੍ਰਿਟਿਸ਼ ਕੋਲੰਬੀਆ 'ਚ ਮੈਂ ਇੱਥੇ ਬੈਠਾ ਸੋ ਇਹ ਸਾਰਾ ਇਸਮੁੰਦਰੀ ਦਾ ਏਰੀਆ ਦਿਖਾਉਣਾ ਇਹ ਸਾਰਾ ਹੀ ਆ ਪੈਸੀਫਿਕ ਕਿੱਥੇ ਆ ਦੁਨੀਆ ਦੇ ਇੱਕ ਕੋਨੇ 'ਚ ਅਮਰੀਕਾ ਆ ਤੇ ਕਿੱਥੇ ਦੁਨੀਆ ਦੇ ਇੱਕ ਕੋਨੇ 'ਚ ਇੱਥੇ ਆਸਟ੍ਰੇਲੀਆ ਆ ਇਹ ਪਤੰਦਰ ਦਾ ਸਾਰਾ ਹੀ ਘੇਰੀ ਬੈਠਾ ਸਾਰਾ ਹੀ ਆ ਦੇਖ ਲਓ ਹਾਂ ਇਹ ਕਿੰਨਾ ਏਰੀਆ ਇਹਦਾ ਇਹ ਵੀ ਦਿਖਾਉਣਾ ਤੇ ਦੁਨੀਆ ਦੀ ਸਭ ਤੋਂ ਡੂੰਗੀ ਜਗ੍ਹਾ ਵੀ ਇੱੱਚ ਹੀ ਆ ਜਿੱਦਾਂ ਮੈਂ ਦੱਸਿਆ ਹੋਇਆ ਹਨਾ ਸੋ ਪੁਰਤਗਾਲ ਦਾ ਬੰਦਾ ਸੀ ਤੇ ਇਹਨੇ ਨਾਂ ਰੱਖਿਆ ਸੀ ਇਹਦਾ ਪ੍ਰਸ਼ਾਂਤ ਮਹਾਸਾਗਰ ਹਨਾ ਪੈਸੀਫਿਕ ਓਸ਼ੀਅਨ ਜਿਹਨੂੰ ਆਪਾਂ ਕਹਿੰਦੇ ਆ ਤੇ ਹੋਰ ਦਿਖਾਉਨੇ ਆ ਜੀ ਇਹਦਾ ਏਰੀਆ ਦੇਖੋ ਪਹਿਲਾਂ ਇਹਦਾ ਏਰੀਆ ਬਾਈ ਜੀ ਆਹ ਦੇਖੋ ਏਰੀਆ ਦੇਖੋ ਉਹਨਾਂ ਲੈਂਡ ਏਰੀਆ ਨਹੀਂ ਜਮੀਨੀ ਏਰੀਆ ਨਹੀਂ ਜਿੰਨਾ ਇਹ ਪਤੰਦਰ ਦਾ ਕੱਲੇ ਦਾ ਹੀ ਆ ਸੋ ਇਹ ਹੈਗਾ ਜੀ ਕਾਈ ਦਾ ਇਸ਼ਾਹ 60000000 10000000 ਲੱਖ 10000000 ਕਰੋੜ 16 ਕਰੋੜ 52 ਲੱਖ 500000 ਸਕੁਅਰ ਕਿਲੋਮੀਟਰ ਆ ਹਨਾ ਦੇਖ ਸਕਦੇ ਆ ਤੇ ਐਂਡ ਤੇ ਇਹਦਾ 46% ਅਰਥ ਦਾ ਵਾਟਰ ਸਰਫੇਸ ਹੈ ਨਾ ਤੇ 32% ਟੋਟਲ ਸਰਫੇਸ ਏਰੀਆ ਧਰਤੀ ਦਾ ਸਾਂਭੀ ਬੈਠਾ ਲਾਰਜਰ ਦੈਨ ਆਲ ਆਫ ਅਰਥ ਦਾ ਲੈਂਡ ਏਰੀਆ ਜਿੰਨਾ ਵੀ ਹੁਣ ਮਤਲਬ ਆ ਜ਼ਮੀਨੀ ਏਰੀਆ ਆ ਹੈ ਨਾ ਇਹ ਸਾਰੀ ਧਰਤੀ ਦੇ ਜ਼ਮੀਨੀ ਏਰੀਏ ਨਾਲੋਂ ਇਹ ਇਕੱਲਾ ਹੀ ਸਮੁੰਦਰ ਵੱਡਾ ਆ ਸੋ ਦੇਖ ਲਓ ਕਿੱਡਾ ਵੱਡਾ ਹੋਊਗਾ ਹੈ ਨਾ ਸੋ ਹੈਗਾ ਤਾਂ ਧਰਤੀ 'ਚ ਆ ਹੈ ਨਾ ਪਰ ਜਿਹੜਾ ਜ਼ਮੀਨੀ ਏਰੀਆ ਜਿੰਨਾ ਵੀ ਸਾਰੀ ਦੁਨੀਆ 'ਚ ਹੈਗਾ ਆ ਉਹ ਸਾਰੇ ਨਾਲੋਂ ਇੱਕਲਾ ਹੀ ਵੱਡਾ ਸਮੁੰਦਰ ਐਡਾ ਵੱਡਾ ਆ ਸੋ ਇਹਦੇ ਜਿਹੜੇ ਜਾਨਵਰ ਆ ਜੋ ਵੀ ਆ ਮੱਛੀਆਂ ਆ ਹਨਾ ਜੋ ਵੀ ਕੋਸ਼ ਆ ਉਹਦੇ ਬਾਰੇ ਤਾਂ ਮਨੁੱਖ ਨੂੰ ਤਾਂ ਅਜੇ ਭਾਵੇਂ ਸਮੁੰਦਰੀ ਪ੍ਰਾਣੀਆਂ ਦਾ 20% ਵੀ ਨਹੀਂ ਪਤਾ ਲੱਗਿਆ ਹਨਾ ਹੋਰ ਤਾਂ ਗੱਲਾਂ ਹੀ ਛੱਡੋ ਤੇ ਹੋਰ ਤਸਵੀਰਾਂ ਦੋ ਰਹਿ ਗਈਆਂ ਤੇ ਅੱਜ ਦੇ ਦਿਨ ਨਿਊਜ਼ੀਲੈਂਡ ਦੇ ਇਤਿਹਾਸ 'ਚ ਨਿਊਜ਼ੀਲੈਂਡ ਦਾ ਸਭ ਤੋਂ ਭਿਆਨਕ ਹਵਾਈ ਹਾਦਸਾ ਹੋਇਆ ਸੀਗਾ 1979 'ਚ ਇਹ ਪਤੰਦਰ ਦੇ ਜਹਾਜ਼ ਹੁਣ ਹਾਦਸਾ ਹੀ ਹੋਣਾ ਜਦੋਂ ਜਹਾਜ਼ ਜੀ ਤੁਸੀਂ ਪੁੱਠੇ ਪਾਸੇ ਨੂੰ ਲੈ ਗਏ ਇਹ ਜਹਾਜ਼ ਲੈ ਗਏ ਸੀ ਬਾਈ ਜੀ ਅਨ ਟਾਰਗੇਟ ਕਾ ਵੱਲ ਹਨਾ ਆ ਦੇਖ ਸਕਦੇ ਸਨੋਚ ਡਿਗਿਆ ਪਿਆ ਤੁਹਾਨੂੰ ਮੈਂ ਮੈਪ ਦਿਖਾਉਣਾ ਸੋ ਜੇ ਤੁਸੀਂ ਵੀ ਭਰੂਗੇ ਇੰਟਰਨੈਟ ਤੇ ਨਿਊਜ਼ੀਲੈਂਡ ਹਿਸਟਰੀ ਲਾਈਕ ਨਿਊਜ਼ੀਲੈਂਡ ਦੀ ਇਤਿਹਾਸ ਦਾ ਭਿਆਨਕ ਹਾਸਾ ਯਾਜ ਦਾ ਇਹੀ ਸੀਗਾ ਇਹੀ ਹੋਣਾ ਤੁਹਾਡੇ ਸਾਹਮਣੇ ਵੀ ਸੋ 1979 ਚ ਅੱਜ ਦੇ ਦਿਨ ਹੋਇਆ ਸੀ 257 ਬੰਦੇ ਮਰੇ ਸੀਗੇ ਸੋ 257 ਬੰਦੇ ਜਦੋਂ ਮਰੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖਤਾ ਸੀ ਪਾਪੂਲੇਸ਼ਨ ਦੇ ਹਿਸਾਬ ਨਾਲ ਹਨਾ ਸੋ ਸਾਰੇ ਦੇਸ਼ ਚ ਹਲਾ ਲਲਾ ਹੋ ਗਈ ਸੀ ਵੀ ਇਹ ਕੀ ਹੋ ਗਿਆ ਹਨਾ ਸੋ ਇਹ ਹੋਇਆ ਸੀ ਹਾਸਾ ਅੱਜ ਦੇ ਦਿਨ ਤੇ ਦਿਖਾਉਨੇ ਆ ਜੀ ਫੋਟੋਆਂ ਦੂਰ ਹੈਗੀਆਂ ਤੇ ਦੇਖ ਸਕਦੇ ਆ ਨਿਊਜ਼ੀਲੈਂਡ ਤੋਂ ਇਹ ਪਲੇਨ ਚੱਲਿਆ ਸੀਗਾ ਤੇ ਇੱਧਰ ਇਸ ਮਾਉਂਟੇਰੇਵਸ ਇਨ ਟਾਰਗੇਟਗਾ ਚਾਹ ਜੀ ਤੇ ਇੱਥੇ ਇਹਦਾ ਹਾਸਾ ਹੋ ਗਿਆ ਸੀ ਹਨਾ ਸੋ ਨਿਊਜ਼ੀਲੈਂਡ ਦੇ ਇਤਿਹਾਸ ਦਾ ਅੱਜ ਤੱਕ ਜਿੰਨਾ ਵੀ ਨਿਊਜ਼ੀਲੈਂਡ ਜਦੋਂ ਦਾ ਵੀ ਹੋਂਦ ਚ ਆਇਆ ਉਹਦੇ ਤੇ ਆ ਸਦਾ ਨਿਊ ਇਲੈਂਡ ਦੇਸ਼ ਦੇ ਦਾ ਸਭ ਤੋਂ ਭਿਆਨਕ ਹਵਾਈ ਹਾਦਸਾ ਅੱਜ ਦੇ ਦਿਨ ਹੋਇਆ ਸੀਗਾ ਇਹ ਵਾਲਾ ਤੇ ਤਸਵੀਰ ਰਹਿ ਗਈ ਕਿੰਨੀਆਂ ਰਹਿ ਗਈਆਂ ਇੱਕੋ ਹੀ ਰਹਿ ਗਈ ਆ ਸੋ ਬਹੁਤ ਹੋਰ ਵੀ ਤਸਵੀਰਾਂ ਸੀ ਜਿਹੜਾ ਮੈਂ ਦੱਸਦਾ ਹੁੰਨਾ ਨੋਵਾ ਸਕੋਸ਼ੀਆ ਨਿਊ ਬਰੋਸਵਿੰਕ ਉਹਦੇ ਬਾਰੇ ਹੋਰ ਆਰਟੀਕਲ ਆਇਆ ਹੈ ਜੀ ਖ਼ਬਰਾਂ ਚੋ ਸ਼ਾਮ ਨੂੰ ਸਾਂਝਾ ਕਰਾਂਗੇ ਜਿਆਦਾ ਵੀਡੀਓ ਲੰਬੀ ਨਹੀਂ ਕਰਦੇ ਤਸਵੀਰਾਂ ਦੋ ਕਰ ਰਹਿ ਗਈਆਂ ਜੀ ਹੋਰ ਦਿਖਾ ਦਈਏ ਜੀ ਤੇ ਕਰੋਨਾ ਜਿਹੜਾ ਨਵਾਂ ਆਇਆ ਬਾਈ ਜੀ ਬਚ ਕੇ ਰਹੋ ਜਦੋਂ ਪਹਿਲਾ ਕਰੋਨਾ ਆਇਆ ਸੀ ਆਪਾਂ ਤਾਂ ਪਹਿਲਾਂ ਹੀ ਦੱਸਤਾ ਸੀ ਜਦੋਂ ਕਰੋਨਾ ਦਾ ਇੱਕੋ ਹੀ ਕੇਸ ਹੋਇਆ ਸੀ ਜਦੋਂ ਮੈਂ ਦਿਖਾਇਆ ਸੀ ਕਿ ਬੈਂਗੂ ਸੀ ਉਦੋਂ ਇੰਡੀਆ ਚ ਇੱਕ ਵੀ ਕੇਸ ਨਹੀਂ ਸੀ ਉਦੋਂ ਮੇਰੀ ਗੱਲ ਨੂੰ ਮਜ਼ਾਕ ਲਿਆ ਸੀ ਤੇ ਹੁਣ ਵੀ ਭਰਾਵੋ ਸੀਰੀਅਸ ਹੋ ਕੇ ਕਹਿ ਰਿਹਾ ਨਵਾਂ ਜਿਹੜਾ ਕਰੋਨਾ ਆਇਆ ਓਮੀਕਰੋਨ ਐ ਬਹੁਤ ਜ਼ਿਆਦਾ ਖਤਰਨਾਕ ਆ ਗਿਆ ਜੀ ਕੈਨੇਡਾ ਨੇ ਵੀ ਫਲੈਟਾਂ ਬੰਦ ਕਰਤੀਆਂ ਇੰਗਲੈਂਡ ਅਮਰੀਕਾ ਸਾਰਿਆਂ ਨੇ ਫਰੀਕੀ ਦੇਸ਼ਾਂ ਤੋਂ ਫਲੈਟਾਂ ਬੰਦ ਕਰਤੀਆਂ ਸਾਰੀ ਦੁਨੀਆ ਚ ਤਾਂ ਇਹਨੇ ਘੇਰਾ ਪਾ ਲਿਆ ਦਿਨੋ ਦੇ ਨਾ ਦੁਨੀਆ ਦੇ ਇੱਕ ਕੋਨੇ ਇੱਧਰ ਜੁਕੇ ਬੈਲਜੀਅਮ ਚੱਕਰ ਬੋਗਰ ਜਰਮਨੀ ਇਜ਼ਰਾਈਲ ਬੋਸ ਇੱਥੋਂ ਸ਼ੁਰੂ ਹੋਇਆ ਬੋਸਵਾਰਾ ਸਾਊਥ ਅਫਰੀਕਾ ਤੋਂ ਤੇ ਇੱਥੇ ਪਹੁੰਚ ਗਿਆ ਤੇ ਦੁਨੀਆ ਦੇ ਇੱਥੇ ਪਹੁੰਚ ਗਿਆ ਸੋ ਸਾਰੀ ਦ ਸੋ ਆਪਾਂ ਨਹੀਂ ਚਾਹੁੰਦੇ ਇਹ ਇੰਡੀਆ 'ਚ ਵੀ ਆਵੇ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਸੋ ਬਾਈ ਜੀ ਬਚਾਅ 'ਚ ਬਚਾਇਆ ਸੋ ਹੱਥ ਪੈਰਾਂ ਦੀ ਪੈ ਗਈ ਇੰਗਲੈਂਡ 'ਚ ਫਿਰ ਜਿਹੜੀਆਂ ਬੰਦਸ਼ਾਂ ਸੀ ਵੀ ਮਾਸਕ ਲਾ ਕੇ ਰੱਖਣੇ ਸਾਰੇ ਦੇਸ਼ਾਂ 'ਚ ਹਨਾ ਯੂਰਪ 'ਚ ਬਹੁਤ ਮਾੜਾ ਹਾਲ ਹੋ ਰਿਹਾ ਸੋ ਬਚ ਕੇ ਰਹੋ ਅਜੇ ਇੰਡੀਆ 'ਚ ਇਹਦਾ ਕੋਈ ਕੇਸ ਨਹੀਂ ਆਇਆ ਬਹੁਤ ਭਿਆਨਕ ਹੈ ਜੀ ਓਮਿਕਰੋਨ ਬੈਰੀਐਂਟ ਤੇ ਹਾਂਜੀ ਤੇ ਬਾਕੀ ਆ ਜਾਂਦੇ ਜਾਂਦੇ ਇੱਕ ਹੋਰ ਚੀਜ਼ ਤੇ ਚੇਤੇ ਕਰਾ ਦਈਏ ਮੈਂ ਚੇਤੇ ਕਰਾਉਣਾ ਰਹਿਣਾ ਕਈ ਗੱਲਾਂ ਇਨਸਾਨ ਨੂੰ ਆਪਣੀ ਔਕਾਤ ਹਨਾ ਤੇ ਆਪ ਵੀ ਚੇਤੇ ਕਰਦਾ ਰਹਿਣਾ ਇਹ ਆ ਜੀ ਧਰਤੀ ਇਹ ਜਿੱਥੇ 7-8 ਬਿਲੀਅਨ ਲੋਕ ਰਹਿੰਦੇ ਆ ਬੜਕਾ ਮਾਰਦੇ ਸਾਡੇ ਅਰਗੇ ਅਮੀਰ ਹੈ ਨਹੀਂ ਤਕੜਾ ਹੈ ਨਹੀਂ ਸਾਡੇ ਅਰਗੇ ਹੁਸਨ ਹੈ ਨਹੀਂ ਇਹ ਸੈਟਰਨ ਗ੍ਰਹਿ ਜਿਹੜਾ ਉਹਦੇ ਆ ਰਿੰਗਸ ਆ ਹਨਾ ਜਿਹਦੇ ਰਿੰਗ ਆਪਣਾ ਸੁਸ਼ਾਨ ਸਿੰਘ ਰਾਜਪੂਤ ਦੇਖਦਾ ਹੁੰਦਾ ਸੀਗਾ 552 ਲੱਖ ਦੇ ਟੈਲੀਸਕੋਪ ਨਾਲ ਇਹ ਉਹ ਰਿੰਗ ਆ ਇਹ ਸੈਟਰਨ ਤੋਂ ਤਸਵੀਰ ਲਈ ਗਈ ਆ ਧਰਤੀ ਦੀ ਸੋ ਇਹ ਆ ਜੀ ਧਰਤੀ ਇਹ ਆ ਮਨੁੱਖ ਦੀ ਔਕਾਤ ਸੋ ਇੱਥੇ ਸਾਰੀਆਂ ਬੜਕਾਂ ਵੱਜਦੀਆਂ ਸਾਰੀਆਂ ਫੁਗਰੀਆਂ ਵੱਜਦੀਆਂ ਵੀ ਸਾਡੇ ਅਰਗੇ ਤਾਂ ਕੋਈ ਹੈ ਹੀ ਨਹੀਂ ਦੀਨ ਦੁਨੀਆਦਾਰੀ ਤੇ ਉਹਕੇ ਜੀ ਸ਼ਾਮ ਨੂੰ ਮਿਲਦੇ ਨੇ ਵੀਡੀਓ ਦੇ ਨਾਲ ਤੇ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਜੀ ਵੱਧੋ ਵੱਧ ਕਲਿੱਕ ਕਰਿਓ ਲਿੰਕ ਨਹੀਂ ਕਲਿੱਕ ਕਰਦੇ ਇੱਕ ਦੋ ਦਿਨ ਰਹਿ ਗਏ ਜਿਨ੍ਹਾਂ ਨੇ ਸਾਰੇ ਮਹੀਨੇ ਚ ਨਹੀਂ ਕੀਤਾ ਉਹ ਵੀ ਕਰਦੇ ਹੋ ਮਾੜੀ ਮੋਟੀ ਸਪੋਰਟ ਹੀ ਆ ਹੋਰ ਭਰਾਵੋ ਆਪਾਂ ਕੀ ਕਹਿੰਨੇ ਆ ਹਿੰਦੀ ਦੇ ਸਵਾਲ ਖਾਤਾ ਪੱਧੋ ਵੱਧ ਫੋਲੋ ਕਰਾਓ ਹਰ ਇੱਕ ਵੀਡੀਓ ਤੇ ਲਿੰਕ ਪਾਇਆ ਲਿੰਕ ਜੇ ਇੱਥੋਂ ਉੱਪਰੋਂ ਨਹੀਂ ਖੁੱਲਦਾ ਤੇ ਕਮੈਂਟਾਂ 'ਚ ਲਿਖ ਲਿੰਕ ਪਾਇਆ ਹੁੰਦਾ ਸਭ ਤੋਂ ਉੱਤੇ ਦੇ ਕਮੈਂਟ ਜਾ ਲਓ ਜੀ ਤੇ ਕਲਿੱਕ ਕੀਤਾ ਸਭ ਤੋਂ ਸੌਖਾ ਤਰੀਕਾ ਦੋ ਐਡ ਆਉਣੀ ਆ ਇੱਕਾ ਸਿਰੇ ਤੇ ਲੋਕੇਸ਼ਨ ਦੇ ਹਿਸਾਬ ਨਾਲ ਐਡ ਆਉਣੀ ਆ ਇਹ ਕਹਾ ਮੈਨੂੰ ਫਿਰ ਮੈਨੂੰ ਆਖ ਲਈ ਜਾਂਦੇ ਵੀ ਬਾਸਕਟਬਾਲ ਖੇਲ ਭਰਾਵਾ ਉਹ ਮੈਂ ਨਹੀਂ ਖੇਲਣਾ ਵਿਲਾ ਮੈਂ ਲਓ ਜੀ ਕਹਿੰਦੇ ਬਾਸਕਟਬਾਲ ਖੇਲ ਹਾਂਜੀ ਨਹੀਂ ਖੇਲਣਾ ਓਕੇ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਤੇ ਬਧੋਵਾਦ ਵੀਡੀਓ ਸ਼ੇਅਰ ਕਰੋ ਪੇਜ ਜ਼ਰੂਰ ਫੋਲੋ ਕਰਾਓ ਤੇ ਲਿੰਕ ਜ਼ਰੂਰ ਕਲਿੱਕ ਕਰ ਦਿਓ ਸੋ ਦੋ ਤਿੰਨ ਦਿਨ ਰਹਿ ਗਏ ਮਹੀਨੇ ਦੇ ਹਨਾ ਕਲਿੱਕਾਂ ਹੁੰਦੀਆਂ ਨਹੀਂ ਖਰਚੇ ਬੱਤੇ ਨਿਕਲਦੇ ਨਹੀਂ ਕੀ ਕਰੀਏ ਹਾਂ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ ਸਾਰੇ ਪਾਸੇ ਸ਼ੇਅਰ ਕਰੋ ਲਿੰਕ ਪਾਉਣਾ ਜੀ ਲਿੰਕ ਜ਼ਰੂਰ ਕਲਿੱਕ ਕਰ ਦਿਓ ਓਕੇ ਜੀ ਸ਼ੇਅਰ ਕਰੋ ਬਧੋਵਾਦ ਸ਼ੁਕਰੀਆ ਤੇ ਫੋਲੋ ਕਰੋ